ਦੋਸਤੋ, ਪੰਜਾਬ ਗਰੁੱਪ ਡੀ ਭਰਤੀ 2024 ਲਈ ਹੁਣੇ ਹੁਣੇ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਸਭ ਤੋਂ ਪਹਿਲਾਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕਾ ਜੀ। ਦੋਸਤੋ, ਬਿਲਕੁਲ ਰੈਗੂਲਰ ਭਰਤੀ ਹੈ ਜੀ। ਦੋਸਤੋ, ਕਿਵੇਂ ਤੁਸੀਂ ਅਪਲਾਈ ਕਰਨਾ ਅਤੇ ਕੌਣ ਕੌਣ ਅਪਲਾਈ ਕਰ ਸਕਦਾ, ਸਾਰੀ ਜਾਣਕਾਰੀ ਡਿਟੇਲ 'ਚ ਦਿਆਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ, ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ, ਉਹਦੇ ਨਾਲ ਐਪਲੀਕੇਸ਼ਨ ਫਾਰਮ ਅਟੈਚ ਨਹੀਂ ਕੀਤਾ ਗਿਆ। ਐਪਲੀਕੇਸ਼ਨ ਫਾਰਮ ਤੁਹਾਨੂੰ ਕਿੱਥੋਂ ਪ੍ਰਾਪਤ ਹੋਵੇਗਾ ਅਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਐਪਲੀਕੇਸ਼ਨ ਫਾਰਮ ਪ੍ਰਾਪਤ ਕਰ ਸਕੋਗੇ, ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ। ਬਾਅਦ ਵਿੱਚ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਨਾ ਕਿਹੋ ਕਿ ਐਪਲੀਕੇਸ਼ਨ ਫਾਰਮ ਕਿੱਥੋਂ ਪ੍ਰਾਪਤ ਹੋਣਾ ਜੀ। ਚਲੋ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ, ਨਾ ਪੋਸਟਾਂ ਲਈ 18,000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਜੋ ਵਿੱਦਿਅਕ ਯੋਗਤਾ ਰੱਖੀ ਗਈ ਹੈ ਜੀ, 8ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਅੱਜ ਦੀ ਬਿਲਕੁਲ ਨਵੀਂ ਭਰਤੀ ਹੈ ਜੀ, ਮੁੰਡੇ ਅਤੇ ਕੁੜੀਆਂ ਦੋਨੋਂ ਹੀ ਕੈਂਡੀਡੇਟਸ ਅਪਲਾਈ ਕਰ ਸਕਣਗੇ। ਚਲੋ ਦੋਸਤੋ, ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ, ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ। ਪੋਸਟਾਂ ਨੇ ਜੀ 84 ਦੀਆਂ, ਟੋਟਲ ਪੋਸਟਾਂ ਨੇ ਜੀ 8, ਜਿਹਦੇ ਵਿੱਚ 3 ਪੋਸਟਾਂ ਨੇ ਜਨਰਲ ਦੀਆਂ, 3 ਪੋਸਟਾਂ ਨੇ ਜੀ OBC ਦੀਆਂ ਅਤੇ 2 ਪੋਸਟਾਂ ਨੇ ਜੀ SC ਦੀਆਂ। ਇਹਨਾਂ ਪੋਸਟਾਂ ਲਈ ਵਿੱਦਿਅਕ ਯੋਗਤਾ ਰੱਖੀ ਗਈ ਹੈ ਜੀ, 8ਵੀਂ ਤੁਸੀਂ ਪਾਸ ਕੀਤੀ ਹੈ, ਤੁਹਾਨੂੰ ਨੌਲੇਜ ਹੈ ਜੀ ਹਿੰਦੀ ਜਾਂ ਪੰਜਾਬੀ ਦੀ, ਤਾਂ ਤੁਸੀਂ ਅਪਲਾਈ ਕਰ ਸਕੋਗੇ। ਇਹਨਾਂ ਪੋਸਟਾਂ ਲਈ 18,000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਦੋਸਤੋ, ਇਹਨਾਂ ਪੋਸਟਾਂ ਲਈ ਜੋ ਉਮਰ ਹੱਦ ਰੱਖੀ ਗਈ ਹੈ ਜੀ, 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ। ਦੋਸਤੋ, ਜਿਨ੍ਹਾਂ ਉਮੀਦਵਾਰਾਂ ਦੀ ਉਮਰ 1/1/2024 ਤੱਕ 18 ਤੋਂ ਲੈ ਕੇ 37 ਸਾਲ ਦੇ ਵਿਚਕਾਰ ਉਹ ਅਪਲਾਈ ਕਰ ਸਕਣਗੇ ਅਤੇ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਏਗਾ ਗੌਰਮੈਂਟ ਰੂਲ ਦੇ ਅਨੁਸਾਰ। ਹੁਣ ਐਪਲੀਕੇਸ਼ਨ ਫਾਰਮ ਦੀ ਗੱਲ ਕਰੀਏ ਜੀ। ਐਪਲੀਕੇਸ਼ਨ ਫਾਰਮ ਤੁਸੀਂ ਆਫਿਸ ਵਿੱਚੋਂ ਪ੍ਰਾਪਤ ਕਰਨਾ ਹੋਵੇਗਾ ਜੀ, ਜਿਹਦਾ ਸਮਾਂ ਰੱਖਿਆ ਗਿਆ ਜੀ ਕਿਸੇ ਵੀ ਵਰਕਿੰਗ ਡੇ ਵਾਲੇ ਦਿਨ 11 ਵਜੇ ਤੋਂ ਲੈ ਕੇ 1 ਵਜੇ ਤੱਕ, 2 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਐਪਲੀਕੇਸ਼ਨ ਫਾਰਮ ਪ੍ਰਾਪਤ ਕਰ ਸਕਦੇ ਹੋ ਜੀ। ਅਤੇ ਜੋ ਐਪਲੀਕੇਸ਼ਨ ਫਾਰਮ ਤੁਸੀਂ ਫਿਲਅਪ ਕਰਕੇ ਜਮ੍ਹਾਂ ਕਰਨਾ ਜੀ, ਉਹ ਬਾਈ ਹੈਂਡ ਜਮ੍ਹਾਂ ਕਰਨਾ ਹੋਵੇਗਾ। ਉਹਦਾ ਸਮਾਂ ਜੀ, ਸਮਾਂ ਸੇਮ ਹੈ ਜੀ, 10/1/2024 ਤੋਂ ਲੈ ਕੇ 20/1/2024 ਤੱਕ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਜਮ੍ਹਾਂ ਕਰ ਸਕੋਗੇ। ਐਪਲੀਕੇਸ਼ਨ ਫਾਰਮ ਵਿੱਚ ਕੈਪੀਟਲ ਲੈਟਰ ਵਿੱਚ ਤੁਸੀਂ ਕੰਪਲੀਟ ਡਿਟੇਲ ਮੈਂਸ਼ਨ ਕਰਨੀ ਹੋਵੇਗੀ, ਜਿਹਦੇ ਵਿੱਚ ਨਾਮ, ਪਿਤਾ ਜੀ ਦਾ ਨਾਮ, ਡੇਟ ਆਫ ਬਰਥ, ਕੁਆਲੀਫਿਕੇਸ਼ਨ, ਮੋਬਾਈਲ ਨੰਬਰ, ਈਮੇਲ ID, ਸਾਰਾ ਕੁਝ ਤੁਸੀਂ ਇਹਦੇ ਮੈਂਸ਼ਨ ਕਰਨਾ ਹੋਵੇਗਾ ਜੀ। ਲਾਸਟ ਡੇਟ ਰੱਖੀ ਗਈ ਹੈ, ਮੈਂ ਦੁਬਾਰਾ ਫਿਰ ਦੱਸ ਦਿੰਦਾ ਜੀ, 20/1/2024 5 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ। ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਉਹ ਜੀ ਰਿਜੈਕਟ ਕਰਤੇ ਜਾਣਗੇ ਜੀ। ਦੋਸਤੋ, ਇਹਨਾਂ ਪੋਸਟਾਂ ਲਈ ਜੋ ਤੁਹਾਡਾ ਟੈਸਟ ਜਾਂ ਇੰਟਰਵਿਊ ਹੋਵੇਗਾ ਜੀ, 8/2/2024 ਤੋਂ ਲੈ ਕੇ 9/2/2024 ਤੱਕ ਤੁਹਾਡਾ ਟੈਸਟ ਹੋਵੇਗਾ ਜੀ। ਐਡਰੈਸ ਨੋਟ ਕਰ ਲਓ, ਜਿਸ ਐਡਰੈਸ 'ਤੇ ਤੁਸੀਂ ਪਹੁੰਚਣਾ ਹੋਵੇਗਾ ਜੀ, ਨਿਊ ਡਿਸਟ੍ਰਿਕਟ ਕੋਰਟ ਕੰਪਲੈਕਸ, ਸੈਕਟਰ 43, ਚੰਡੀਗੜ੍ਹ ਦੇ ਐਡਰੈਸ 'ਤੇ ਤੁਸੀਂ ਆਪਣੇ ਓਰੀਜਨਲ ਡਾਕੂਮੈਂਟਸ ਲੈ ਕੇ ਪਹੁੰਚਣਾ ਹੋਵੇਗਾ ਜੀ। ਜਿਹਦਾ ਸ਼ਡਿਊਲ ਕੁਛ ਇਸ ਪ੍ਰਕਾਰ ਹੈ ਜੀ, ਇਹ ਤੋਂ ਲੈ ਕੇ ਐਨ ਤੱਕ ਦੇ ਜਿੰਨੇ ਉਮੀਦਵਾਰ ਨੇ ਜੀ, ਉਹਨਾਂ ਦਾ 8/2/2024 ਨੂੰ 11 ਵਜੇ ਇੰਟਰਵਿਊ ਹੋਵੇਗਾ ਜੀ। ਉਹ ਤੋਂ ਲੈ ਕੇ ਜੈੱਡ ਤੱਕ ਦੇ ਜਿੰਨੇ ਉਮੀਦਵਾਰ ਹੋਣਗੇ ਜੀ, ਉਹਨਾਂ ਦਾ ਇੰਟਰਵਿਊ 9/2/2024 ਨੂੰ 11 ਵਜੇ ਹੋਵੇਗਾ ਜੀ। ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਜੀ, ਇੱਕ ਤੁਸੀਂ ID ਪਰੂਫ, ਫੋਟੋ ਵਾਲਾ ID ਪਰੂਫ ਓਰੀਜਨਲ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ। ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟੇੜੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਦੋਸਤੋ, ਇਹਦੀ ਭਰਤੀ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ, ਡਿਸਟ੍ਰਿਕਟ ਐਂਡ ਸੈਸ਼ਨ ਜੱਜ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ, ਇਸ਼ਤਿਹਾਰ ਨੰਬਰ 1/2024 ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਟੋਟਲ ਪੋਸਟਾਂ ਨੇ ਜੀ 8, ਜੋ ਰੈਗੂਲਰ ਬੇਸ 'ਤੇ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ। ਐਪਲੀਕੇਸ਼ਨ ਫਾਰਮ ਦੇ ਨਾਲ ਸੈਲਫ ਅਟੈਸਟਡ ਕਾਪੀਜ਼,
ਕੁਆਲੀਫਿਕੇਸ਼ਨ, ਐਕਸਪੀਰੀਅੰਸ, ਡੇਟ ਆਫ ਬਰਥ, ਕੈਟਾਗਰੀ ਆਦਿ ਦੇ ਡਾਕੂਮੈਂਟ ਤੁਸੀਂ ਨਾਲ ਲਗਾਉਣੇ ਹੋਣਗੇ। ਦੋ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਕਿਸੇ ਵੀ ਗਜ਼ਟਡ ਅਫਸਰ ਨੋਟਰੀ ਤੋਂ ਤੁਸੀਂ ਅਟੈਸਟਡ ਕਰਾ ਕੇ ਭੇਜਣੀਆਂ ਹੋਣਗੀਆਂ। ਐਡਰੈਸ ਨੋਟ ਕਰ ਲਓ ਜੀ, ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ, ਨਿਊ ਡਿਸਟ੍ਰਿਕਟ ਕੋਰਟ ਕੰਪਲੈਕਸ, ਸੈਕਟਰ 43, ਚੰਡੀਗੜ੍ਹ ਦੇ ਐਡਰੈਸ 'ਤੇ 20/1/2024 5 ਵਜੇ ਤੱਕ ਤੁਹਾਡੇ ਡਾਕੂਮੈਂਟਸ ਪਹੁੰਚ ਜਾਣੇ ਚਾਹੀਦੇ ਨੇ ਜੀ। ਦੋਸਤੋ, ਉਮੀਦ ਕਰਦਾ ਮੇਰੇ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊ। ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।